ਕਿਤੇ ਹੁਣ ਮੈਂ ਨੀ ਕਿਤੇ ਐ ਕਿਤੇ ਖੁਸ਼ ਕੁੜੀ ਅਮੀਰ ਬਣ ਗਈ, ਲੱਖਾਂ ਰੁਪਈਆ ਕਮਾ ਲਿਆ ਇਹਨੇ। ਸਹੀ ਗੱਲ, ਕੋਈ ਨੀ, ਜਿੱਦਣ ਮਹੀਨੇ 'ਚ ਜਿਹੜਾ ਪਹਿਲੀ ਤਨਖਾਹ ਵਾਲੇ ਪੈਸੇ ਆਏ ਨਾ, ਉਹ ਬੜੀ ਐਂਡ ਲੱਗਦੇ ਹੁੰਦੇ ਕਿਤੇ। ਮੈਂ ਨੀ ਭਾਵੇਂ ਥੋੜ੍ਹੇ ਥੋੜ੍ਹੇ ਕਰਕੇ, ਉਹਨਾਂ ਨੂੰ ਜਿੱਦਾਂ ਮੈਨੂੰ ਥੋੜ੍ਹੇ ਥੋੜ੍ਹੇ ਕਰਕੇ ਆਉਂਦੇ ਨਾ, ਮੈਨੂੰ ਬੜਾ ਮਜ਼ਾ ਆਉਂਦਾ ਹੁੰਦਾ ਜੀ ਪੈਸੇ ਪੈਸੇ ਫੜਨ ਦਾ। ਆਲੇ ਫੜ ਹੁਣ, ਅੱਜ ਮੈਂ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਦੀ ਵੈਲਕਮ ਬੈਕ। ਤੇ ਟਾਈਮ ਹੋ ਗਿਆ 6:30 ਦਾ, ਸਵੇਰ ਦਾ ਕੰਮ ਕੁੰਮ ਕਰਕੇ ਆਪਾਂ ਸਾਰੇ ਵਿਹਲੇ ਹੋ ਗਏ ਇਕਦਮ ਕਰਕੇ, ਤੇ ਆਲ ਆਊਟ ਮੈਚ ਲਾਇਆ ਸੀ ਆ ਕੇ, ਮੈਨੂੰ ਫੇਰ ਬੰਦ ਕਰਤਾ ਅੱਗੇ। ਉਹ ਪਤਾ ਕਿਹਦੇ ਤੇ ਵੇਖ, ਸਰਫੇ ਦਾ ਤੇ ਉਹ ਅੱਗੇ ਚੱਲਣ ਦਾ, ਇੰਨਾ ਕਿਤੇ ਵਿਚਾਰਾ ਰਹਿ ਗਿਆ। ਰਾਤ ਨੂੰ ਨੀ ਚਲਾਉਣਾ ਸੀ ਤੈਨੂੰ, ਆ ਪੈਸੇ ਤਾਂ ਸਾਰੇ ਤੈਨੂੰ ਦਿੱਤੇ ਸੀ, ਆਲ ਆਊਟ ਕਿੱਥੋਂ ਲਿਆਉਣਾ ਰਾਤ ਨੂੰ ਵੀ, ਕਿਹੜਾ ਤੁਸੀਂ ਚਲਾ ਕੇ ਸੁੱਤੇ ਇੰਨਾ। ਨਹੀਂ ਸਹੀ ਗੱਲ ਆ, ਨੁੱਕਰਾਂ 'ਚ ਇੰਨਾ ਮੱਛਰ ਸੀ ਨਾ, ਬਹੁਤ ਮੱਛਰ ਸੀ ਰਾਤੀ ਨਾ, ਮੈਨੂੰ ਨੀ ਬੈਕਟੀਰੀਆ ਜਿਹਾ ਨਹੀਂ ਹੋਇਆ। ਮੱਛਰ ਮੱਖੀ ਬਹੁਤ ਆ, ਤੇ ਕਵਲ ਨੇ ਕੰਮ ਕਰ ਲਿਆ ਵਾ। ਤੇ ਅੱਜ ਕਵਲ ਦੇ ਮਹੀਨੇ ਦੀ ਜਦੋਂ ਮਾਇਆ ਹੱਥ ਚ ਆਈ, ਤੇ ਕਵਲ ਦਾ ਦਿਲ ਹੋ ਗਿਆ ਖੁਸ਼। ਤੇ ਏਦਾਂ ਹੀ ਮੈਂ ਇਹਨੂੰ ਚੱਲਦੀ ਆ ਕਿ ਤੂੰ ਬਸ ਬਰਾਈ ਤੇ ਹੌਲੀ ਹੌਲੀ ਇੱਦਾਂ ਹੀ ਤੈਨੂੰ ਬਣਾਉਣਾ। ਜਿੱਦਾਂ ਕਿ ਜਿੱਦਾਂ ਇਹਦੀ ਤਰੱਕੀ ਹੋ ਗਈ, ਤਾਂ ਹੌਲੀ ਸਾਡੀ ਵੀ ਸਾਡੀ ਹੋ ਗਈ। ਤੇ ਤੁਸੀਂ ਤਰੱਕੀ ਕਰਾਓ ਤੇ ਆਪਾਂ ਕਵਲ ਦੇ ਹੋਰ ਪੈਸੇ ਦੇ ਕੇ। ਸਹੀ ਗੱਲ ਆ, ਤੇ ਫਿਰ ਵਿਚਾਰੀ ਨੂੰ ਉਹਨੂੰ ਵੀ ਥੋੜ੍ਹਾ ਹੋਰ ਫਾਇਦਾ ਹੋਵੇ। ਸਾਡੇ ਪ੍ਰਭ ਦੀ ਸਵੇਰ ਹੀ ਨੀ ਓਨਾ ਚਿਰ ਹੁੰਦੀ ਜਿੰਨਾ ਚਿਰ ਦੁਕਾਨ ਤੇ ਨਾ ਜਾਵੇ, ਦੁਕਾਨ ਤੇ ਨਾ ਜਾਵੇ। ਪ੍ਰਭ ਦੀ ਸ਼ੁਰੂਆਤ ਹੀ ਦੁਕਾਨ ਤੋਂ ਹੋਣੀ ਆ। ਤੇ ਪ੍ਰਭ ਨੂੰ ਵੈਸੇ ਇਹ ਗੱਲ ਆ ਕਿ ਜਿਹੜੀ ਦੁਕਾਨ ਤੇ ਜਾਂਦਾ ਨਾ, ਉਹ ਕਹਿੰਦੇ ਹੁੰਦੇ ਸਾਰੇ ਸਾਡੇ ਚਾਦਰਾਂ ਵਾਲਾ ਭਾਈ ਆਉਂਦਾ ਸੀਗਾ, ਉਹ ਵੀ ਮੈਨੂੰ ਕਹਿੰਦਾ ਹੁੰਦਾ, ਭੈਣ ਜੀ ਭਾਵੇਂ ਤੁਸੀਂ ਮੈਨੂੰ 10 ਰੁਪਈਏ ਦੇ ਕੇ ਤੋਰ ਦਿਆ ਕਰੋ ਨਾ, ਪਰ ਮੈਨੂੰ ਮੋੜਿਆ ਨਾ ਕਰੋ ਖਾਲੀ, ਕਿਉਂਕਿ ਸਾਡੀ ਬੋਹਣੀ ਬੜੀ ਵਧੀਆ ਹੁੰਦੀ ਆ। ਸਾਡੀ ਬੋਹਣੀ ਹੋਵੇ ਤੇ ਮੈਨੂੰ ਤੁਸੀਂ ਕਹਿ ਦੇਣਾ ਸੀ ਕਿ ਅੱਧ ਮੈਨੂੰ ਦੇ ਕੇ ਜਾਇਆ ਕਰੋ ਸ਼ਾਮ ਨੂੰ। ਵਿਚਾਰੇ ਆਪਣੀ ਕਮਾਈ ਕਰਦੇ ਆ, ਤੇ ਚਲੋ ਲੈ ਸਟਰੀਟਾਂ ਦੇ ਹੋ ਗਏ ਮੈਸੇਜ, ਵਿੰਡੋ ਵੈਂਡੋ ਸ਼ੁਰੂ ਹੋ ਗਈ ਪਾਰਟੀ ਹੋਣੀ ਸੀ। ਤੇ ਲਿਆਓ ਜੀ ਹੁਣ ਕਮਲ ਆਪਣੀ ਚੱਲੀ ਚੱਲ ਜਾਣਾ ਜਾਂ ਫਿਰ? ਨਹੀਂ, ਮੇਰਾ ਜੀ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਣ ਨੂੰ, ਚਾਹ ਨਹੀਂ ਬੜਾ ਬਹੁਤ ਹੀ ਜ਼ਿਆਦਾ ਕਮਲ ਮੈਂ ਵੇੜਾ ਜੇ ਬੱਲਾ ਪੇ ਨਾ। ਕਿਉਂਕਿ ਮੈਂ ਰੋਜ਼ ਇੰਨੀ ਮਿਹਨਤ ਕਰਦੀ ਝਾੜੂ ਪੋਚਾ ਲਾਉਂਦੀ, ਆਪੇ ਫੱਬਣਾ। ਇਸੇ ਕਰਕੇ ਤੇ ਤੇਰੇ ਨਾਲ ਸਾਡਾ ਦਿਲ ਮਿਲਿਆ ਵਾ, ਤੂੰ ਆਪਣਾ ਘਰ ਸਮਝਦੀ ਆ, ਆਪਣਾ ਘਰ ਸਮਝ ਕੇ ਜਿਹੜਾ ਕੰਮ ਕਰ। ਕੀ ਕਹਾਣੀ? ਨਹੀਂ ਗੱਲ ਇਹ ਹੈ ਨਾ ਕਿ ਤੇਰੇ ਦੇ ਪ੍ਰਭ ਕਹਿੰਦਾ ਟੈਲਾਂ ਘਸਾ ਦਈਆਂ ਆਪਣੀ, ਆਪਣਾ ਘਰ ਘੁਰ ਨਹੀਂ ਕੋਈ ਸਮਝਦੇ। ਪਰ ਇੱਕ ਗੱਲ ਹੈ,
ਆਉਂਦੀ ਜਾਂਦੀ ਇੱਕ ਯਕੀਨ ਬਣਿਆ ਕਿ ਪਤਾ ਦੁਬਾਰਾ ਕਿਸੇ ਤੇ ਯਕੀਨ ਬਣਾਉਣ ਨੂੰ ਬੜਾ ਟਾਈਮ ਲੱਗ ਜਾਂਦਾ ਹਨਾ ਤੇ ਫਿਰ ਉਹਦੇ ਨਾਲ 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 ਘੁੰਮਣਾ ਫਿਰਨਾ ਪੈਂਦਾ ਵਾ ਕੋਠੇ ਤੱਕ ਕੱਲੀ ਗਾਹ ਆਉਂਦੀ ਆ ਅਸੀਂ ਇੱਕ ਵਾਰੀ ਨੀ ਇਹਦੇ ਪਿੱਛੇ ਜਾਂਦੇ ਚੋਰ ਭਾਵੇਂ ਕੱਲ ਦੇ ਟੱਪਕੇ ਲੰਘ ਗਏ ਪਰ ਇਹਨੂੰ ਨੀ ਪਤਾ ਲੱਗਦਾ ਚੱਲ ਜਾ ਫਿਰ ਭਾਉ ਤੂੰ ਲੇਟ ਹੋ ਜਾਣਾ ਜੀ ਚਲੋ ਬਾਏ ਕਰ ਦੋ ਕਵਲ ਨੂੰ ਓਕੇ ਬਾਏ ਵਜਾ ਨਿਕਲ ਜਾ ਨਿਕਲ 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 ਪਿੱਛਾ ਭੌਂਗੇ ਪਿੱਛਾ ਭੌਂਗੇ ਨਾ ਵੇਗੀ ਪਿੱਛਾ ਭੌਂਗੇ ਨਾ ਵੇਗੀ ਹੋ ਗਏ ਦੁਪਹਿਰ ਦਾ ਟਾਈਮ ਹੋ ਗਿਆ 2:15 ਦਾ ਤੇ ਪ੍ਰਭ ਸਕੂਟਾਉਣ ਹੀ ਵਾਲਾ ਸੀ ਤੇ ਭੱਜ ਕੇ ਮੈਂ ਗੇਟ ਖੋਲਵਾਂ ਤੇ ਇੰਨੀ ਜ਼ਿਆਦੀ ਧੁੱਪ ਆ ਬਾਹਰ ਸੁਨੋਈ ਨੂੰ ਕਹਿਆ ਸੁਨੋਈ ਉੱਠਦਾ ਸਾਰੀ ਭੱਜੀ ਪਾਣੀ ਪੀਣ ਵਾਸਤੇ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਥੋੜ੍ਹੇ ਕੁ ਦਿਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਗਰਮੀ ਹੋ ਗਈ ਆ ਅਤੇ ਪਲਾਂਟਸ ਦੇਖੋ ਦੁਪਹਿਰ ਦੇ ਟਾਈਮ ਕੀ ਬਣ ਜਾਂਦਾ ਇਹਨਾਂ ਬੱਚਿਆਂ ਦਾ ਹਾਲ ਅਤੇ ਗਾਈਸ ਜਦੋਂ ਮੈਂ ਇੱਦਾਂ ਵੀਡੀਓ ਬਣਾਉਂਦੀ ਹਾਂ ਨਾ ਅਤੇ ਇੱਕ ਤੁਰਨਾ ਵੀ ਹੁੰਦਾ ਫਿਰ ਪੌੜੀਆਂ ਦੇ ਨਾਲ ਮੈਂ ਤੁਰ ਕੇ ਆਉਣਾ ਵੀ ਹੁੰਦਾ ਵੀ ਆ ਅਤੇ ਉਦੋਂ ਨਾ ਵੀਡੀਓ ਥੋੜ੍ਹਾ ਸ਼ੇਕ ਕਰਦੀ ਹੁੰਦੀ ਹੈ ਅਤੇ ਪਲੀਜ਼ ਗਾਈਸ ਥੋੜ੍ਹਾ ਜਿਹਾ ਐਡਜਸਟ ਕਰਿਓ ਠੀਕ ਆ ਪਲੀਜ਼ ਸਾਫ ਸਹੀ ਰੱਖਿਓ ਇੱਕ ਤਾਂ ਗੇਟ ਹੈ ਗਰਮ ਹੋਇਆ ਪਿਆ ਗੇਟ ਖੋਲ ਜਾਂ ਤੇ ਫਿਰ ਹੀ ਜਾਵਾਂ ਜਾਂਦੇ ਚਾਹ ਬਣਾਉਣ ਤੇ ਅੱਖਾਂ ਹੀ ਨਹੀਂ ਖੋਲਦੀਆਂ ਪਈਆਂ ਇੰਨੀ ਜ਼ਿਆਦਾ ਗਰਮੀ ਨਾ ਖਰਾਬ ਹੀ ਨਹੀਂ ਮੈਂ ਹੁਣ ਮਾੜਾ ਵਾਸ਼ਰੂਮ ਜਾਵਾਂ ਗੇਟ ਮੈਂ ਖੋਲ ਲਈਆਂ ਤੇ ਫਿਰ ਆਣ ਕੇ ਮਿਲਦੇ ਤੁਹਾਨੂੰ ਗਾਈਸ ਤੁਸੀਂ ਮੰਨੋ ਕਿ ਇੱਧਰ ਇੱਕ ਦੁਪਹਿਰ ਦੇ ਵੱਜੇ ਆ ਪੂਰੇ 2:15 ਅਤੇ ਇੰਨੀ ਜ਼ਿਆਦਾ ਧੁੱਪ ਹੈ ਨਾ ਬਾਹਰ ਰਾਤ ਦੀ ਅਤੇ ਇਹਨੂੰ ਪਤਾ ਲੱਗ ਗਿਆ ਕਿ ਪ੍ਰਭ ਆਉਣ ਵਾਲਾ ਅਤੇ ਇੱਧਰ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਕਿੱਦਾਂ ਬੈਠੀ ਐਂ ਮਤਲਬ ਕਿ ਥੱਲੇ ਫਰਸ਼ ਦੇ ਉੱਪਰ ਨਾ ਅੱਗ ਵੰਗਣ ਦੇਈ ਆ ਪੂਰੀ ਵੇਖੋ ਇੱਕ ਜਾਨਵਰ ਦਾ ਇੱਕ ਬੱਚੇ ਵੀ ਪਿਆਰ ਕਿੰਨਾ ਮੈਂ ਨਹੀਂ ਉਹਨੂੰ ਪਿਆਰ ਕਰਦੀ ਆ ਕਿੱਦਾਂ ਉਹਦੀ ਵੇਟ ਕਰਨ ਦੀ ਆ ਸੁਨੋਈ ਸੁਨੋਈ ਇਹਨੇ ਹੁਣ ਉੱਠਣਾ ਥੋੜ੍ਹੀ ਹੈ ਨਾ ਹੁਣ ਜਿੰਨੀ ਦੇਰ ਤੱਕ ਪ੍ਰਭ ਆਉਣਾ ਨਾ ਗਿਆ ਉੱਨੀ ਦੇਰ ਤੱਕ ਇਹਨੇ ਬਸ ਇੱਦਾਂ ਹੀ ਤੁਰੀ ਫਿਰਨਾ ਗੇਟ ਦੇ ਅੱਗੇ 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 ਸੁਨੋਈ ਆ ਚਲੀ ਅੰਦਰ ਸੁਨੋਈ ਆ ਜਾ ਅੰਦਰ ਚਲੀ ਆ ਜਾ ਗੰਮੀ ਬੜੀ ਹੂ ਆ ਜਾ ਸੁਨੋਈ ਨਹੀਂ ਆਉਣਾ ਉਹਨਾਂ ਨੇ ਵੇਖਿਓ ਮੈਂ ਨੀ ਬਣਾਉਂਦੀ ਹੁੰਦੀ ਮੇਰੇ ਨੀ ਦਿਲ ਕਰਦਾ ਚਾਹ ਇੰਨੀ ਵਾਰ ਗੱਲ ਪੀਣ ਨੂੰ ਕਿਉਂਕਿ ਹਨਾ ਚਾਹ ਸਿਹਤ ਲਈ ਨਹੀਂ ਚੰਗੀ ਨੀ ਚਾਹ ਨਹੀਂ ਪੀਣੀ ਚਾਹੀਦੀ ਮੈਨੂੰ ਲੱਗਦਾ ਵਾ ਤੇ ਨਾ ਮੈਂ ਪੀਨੀ ਆ ਤੇ ਨਾ ਮੈਂ ਬਣਾਉਂਦੀ ਹਾਂ ਤੇ ਅਸੀਂ ਸਿਰਫ 2 ਟਾਈਮ ਹੀ ਚਾਹ ਬਣਾਉਂਦੇ ਹਾਂ ਤੇ ਹੁਣ ਉਹ ਵੀ ਇਸ ਟਾਈਮ ਚਾਹ ਇਸ ਕਰਕੇ ਬਣਾਈ ਦੀ ਹੈ ਕਿਉਂਕਿ ਇੱਕ ਤਾਂ ਦੁਪਹਿਰ ਲੱਗੀ ਹੁੰਦੀ ਆ ਤੇ ਥੋੜ੍ਹਾ ਸੁਸਤੀ ਪਈ ਹੁੰਦੀ ਹੈ ਤੇ ਸੁਸਤੀ ਜਿਹੜੀ ਨਿਕਲ ਜਾਂਦੀ ਜਦੋਂ ਆਪਾਂ ਚਾਹ ਪੀ ਲਈ ਤੇ ਬਾਕੀ ਗਾਈਸ ਹਾਂ ਮੈਨੂੰ ਇੱਕ ਵੀਰ ਜੀ ਪੁੱਛਦੇ ਸੀਗੇ ਕਿ ਅੱਜ ਆਪਾਂ ਤੁਹਾਨੂੰ ਮੈਂ ਆਪਣੀ ਲਾਈਫ ਸਟੋਰੀ ਦੱਸਦੀ ਹਾਂ ਕਿ ਕਮੈਂਟ ਆਇਆ ਸੀਗਾ ਕਿਸੇ ਦਾ ਕਿ ਤੁਸੀਂ ਤੁਹਾਡੀ ਲੈਗਸ ਨੂੰ ਕੀ ਹੋਇਆ ਵਾ ਤੇ ਮੈਂ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਮੇਰੀਆਂ ਲੈਗਸ ਨੂੰ ਮੇਰੇ ਹਸਬੈਂਡ ਦੀਆਂ ਲੈਗਸ ਨੂੰ ਸਰਜਰੀ ਹੋਇਆ ਸੀਗਾ ਪੋਲੀਓ ਅਤੇ ਮੇਰੀ ਏਜ ਸੀ ਕਿ ਜਦੋਂ ਮੈਨੂੰ ਪੋਲੀਓ ਹੋਇਆ ਸੀਗਾ 2.25 ਸਾਲ ਦੀ ਅਤੇ ਮੇਰੇ ਹਸਬੈਂਡ ਦੀ ਸੇਮ ਇੰਨੀ ਕੁ ਏਜ ਸੀਗੀ ਜਿਹਨੇ ਇਹਨਾਂ ਨੂੰ ਪੋਲੀਓ ਹੋਇਆ ਸੀਗਾ ਮੈਂ ਤਾਂ ਬਿਲਕੁਲ ਨੀਚੇ ਬੈਠ ਕੇ ਰੇੜ ਰੇੜ ਕੇ ਤੁਰਦੀ ਹੁੰਦੀ ਸੀਗੀ ਅਤੇ ਬਟ ਫਿਰ ਮੇਰੇ ਮੰਮਾ ਨੇ ਮੇਰਾ ਇੰਨਾ ਕੁ ਜ਼ਿਆਦਾ ਇਲਾਜ ਕਰਾਇਆ ਇੰਨਾ ਕੁ ਜ਼ਿਆਦਾ ਮਤਲਬ ਕਿ ਜਿੱਥੇ ਕਿਸੇ ਨੇ ਦੱਸਣਾ ਉੱਥੇ ਹੀ ਲੈ ਜਾਣਾ ਜਿੱਥੇ ਕਿਸੇ ਨੇ ਦੱਸਣਾ ਉੱਥੇ ਹੀ ਲੈ ਜਾਣਾ ਕੋਈ ਹੋਸਪਿਟਲ ਨਹੀਂ ਛੱਡਿਆ ਕੋਈ ਮਤਲਬ ਕਿ ਲਾ ਲਓ ਕਿ ਜਿੱਥੇ ਵੀ ਕਿਸੇ ਨੇ ਦੱਸਣਾ ਨਾ ਉੱਥੇ ਹੀ ਉਹਨਾਂ ਨੇ ਲੈ ਜਾਣਾ ਅਤੇ ਫਿਰ ਸਾਨੂੰ ਇੱਦਾਂ ਥੋੜ੍ਹਾ ਮੈਂ ਹੋ ਗਈ ਸੀਗੀ ਮੁੰਡਾ ਦਾ 10-12 ਕੁ ਸਾਲ ਦੀ ਸੀਗੀ ਜਦੋਂ ਸਾਨੂੰ ਇੱਦਾਂ ਪਤਾ ਲੱਗਾ ਕਿ ਆਪਰੇਸ਼ਨ ਹੁੰਦਾ ਵਿਸਾਖਾਪਟਨਮ ਤੋਂ ਡਾਕਟਰ ਆਉਂਦੇ ਨੇ ਅਤੇ ਉਹਨਾਂ ਨੇ ਕੈਂਪ ਲਗਾਉਣਾ ਸੀਗਾ ਡੱਬ ਵਾਲੀ
ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਸਾਰੀ ਰਾਜਸਥਾਨ ਦੇ ਵਿੱਚ ਤੇ ਫਿਰ ਸਾਨੂੰ ਉੱਥੇ ਕਿਸੇ ਨੇ ਦੱਸਿਆ ਤੇ ਫਿਰ ਅਸੀਂ ਉੱਥੇ ਗਏ ਮੇਰੀ ਨਾਨੀ ਮੈਨੂੰ ਉੱਥੇ ਲੈ ਕੇ ਗਿਆ ਤੇ ਫਿਰ ਉੱਥੋਂ ਜਦੋਂ ਮੇਰਾ ਸਾਡਾ ਮੇਰਾ ਆਪਰੇਸ਼ਨ ਹੋਇਆ ਨਾ ਤੇ ਫਿਰ ਜਿਹੜਾ ਮੈਂ ਨੀਚੇ ਬੈਠ ਬੈਠ ਕੇ ਰਿੜ ਕੇ ਚੱਲਦੀ ਹੁੰਦੀ ਸੀਗੀ ਨਾ ਤੇ ਬੜਾ ਉਹ ਟਾਈਮ ਵਿੱਚ ਟਫ ਸੀਗਾ, ਬਹੁਤ ਜ਼ਿਆਦਾ ਟਫ ਸੀਗਾ ਮੇਰੇ ਹੱਥਾਂ ਤੇ ਆਹ ਵਾਲੀਆਂ ਚੀਜ਼ਾਂ ਜਦੋਂ ਮੈਂ ਪੈਰਾਂ ਦੇ ਨਾਲ ਆਇਆ ਰਿੜ ਰਿੜ ਕੇ ਆਹ ਵਾਲੀਆਂ ਚੀਜ਼ਾਂ ਨਾਲ ਤੁਰਨਾ ਨਾ ਤੇ ਛਾਲੇ ਹੋ ਜਾਣੇ ਗੋਡਿਆਂ ਤੇ, ਨੀਂਹ ਮੇਰੀ ਤੇ ਛਾਲੇ ਹੋ ਜਾਣੇ ਤੇ ਏਦਾਂ ਬੜਾ ਔਖਾ ਬਹੁਤ ਟਾਈਮ ਔਖਾ ਸੀਗਾ ਤੇ ਮੈਂ ਵੀ ਬੱਚਿਆਂ ਨੂੰ ਵੇਖ ਵੇਖ ਕੇ ਮੈਨੂੰ ਵੀ ਹੋਣਾ ਕਿ ਮੈਂ ਵੀ ਹੋਣਾ ਕਾਸ਼ ਤੁਰ ਪਾਉਂਦੀ ਤੇ ਮੈਂ ਵੀ ਆਹ ਕੰਮ ਕਰ ਪਾਉਂਦੀ, ਮੈਂ ਵੀ ਆਹ ਕੰਮ ਕਰ ਪਾਉਂਦੀ ਜਦੋਂ ਬੱਚਿਆਂ ਨੇ ਖੇਡਣਾ ਤੇ ਮੇਰਾ ਇੰਨਾ ਸੱਚੀ ਮੈਨੂੰ ਹੋਣਾ ਕਿ ਮੈਂ ਵੀ ਉਹਨਾਂ ਦੇ ਨਾਲ ਅਜੇ ਵੀ ਹੁੰਦਾ ਹੈ ਹੁਣ, ਪਰ ਮੈਂ ਪਰਮਾਤਮਾ ਦਾ ਫਿਰ ਵੀ ਇੰਨਾ ਕੁ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਕੁ ਚੱਲਣ ਲਾ ਤਾ ਕਿ ਜਿਹੜਾ ਕਿ ਮੈਂ ਆਪਣੇ ਆਪਣਾ ਆਪ ਲੈ ਕੇ ਆਪੇ ਤੁਰ ਫਿਰ ਸਕਦੀ ਹਾਂ, ਕਿਤੇ ਵੀ ਜਾ ਸਕਦੀ ਹਾਂ, ਮੈਨੂੰ ਕਿਸੇ ਅੱਜੇ ਨਹੀਂ ਹੁਣ ਮਿਲਣਾ ਪੈਂਦਾ। ਪਹਿਲਾਂ ਮੇਰੇ ਇਹ ਸੀਗਾ ਕਿ ਪਹਿਲਾਂ ਮੇਰੇ ਮੰਮੀ ਪਾਪਾ ਹੀ ਮੈਨੂੰ, ਮੰਮੀ ਵਿਚਾਰੀ ਖਾਸ ਤੌਰ 'ਤੇ ਮੰਮੀ ਵਿਚਾਰੀ ਜਿੱਥੇ ਕਿਤੇ ਜਾਣਾ ਮੈਨੂੰ ਲੈ ਕੇ ਜਾਣਾ, ਮੇਰੇ ਮੰਮੀ ਨੇ ਲੈ ਕੇ ਜਾਣਾ, ਮੰਮੀ ਨੇ ਚੁੱਕ ਕੇ ਖੜਨਾ ਮੈਨੂੰ ਜੇ ਕਿਤੇ ਸਕੂਲੇ ਜਦੋਂ ਮੈਂ ਜਾਂਦੀ ਹੁੰਦੀ ਹਾਂ ਤੇ ਸਾਡੇ ਘੜੁੱਕਾ ਹੁੰਦਾ ਸੀ ਤੇ ਘੜੁੱਕੇ 'ਤੇ ਬਹਿ ਕੇ ਜਦੋਂ ਸਕੂਲ ਜਾਂਦੀ ਹੁੰਦੀ ਹਾਂ ਨਾ ਤੇ ਮੰਮੀ ਨੇ ਵਿਚਾਰੀ ਨੇ ਘੜੁੱਕੇ ਤੱਕ ਮੈਨੂੰ ਚੁੱਕ ਕੇ ਛੱਡ ਕੇ ਆਉਣਾ, ਚੁੱਕ ਕੇ ਫਿਰ ਜਦੋਂ ਮੈਂ ਸ਼ਾਮ ਨੂੰ ਵਾਪਸ ਆਉਣਾ ਨਾ ਤੇ ਫਿਰ ਵਾਪਸ ਜਦੋਂ ਮੈਂ ਉਹਨਾਂ ਦੇ ਫਿਰ ਵਾਪਸ ਮੰਮੀ ਨੇ ਫਿਰ ਮੈਨੂੰ ਲੈ ਕੇ ਆਉਣਾ ਚੁੱਕ ਕੇ ਉੱਥੋਂ ਤੇ ਅੱਗੋਂ ਸਕੂਲ 'ਤੇ ਵੀ ਇੱਕ ਪੀਅਰ ਅੰਕਲ ਸੀਗੇ ਉਹਨਾਂ ਦੀ ਡਿਊਟੀ ਲਵਾਈ ਸੀ ਕਿ ਜਦੋਂ ਘੁੜਕਾ ਸਕੂਲੇ ਪਹੁੰਚ ਜਾਂਦਾ ਸੀਗਾ ਤੇ ਉਹਨਾਂ ਨੇ ਮੈਨੂੰ ਚੁੱਕ ਕੇ ਕਲਾਸ ਛੱਡ ਕੇ ਆਉਣਾ ਤੇ ਫਿਰ ਜਿਸ ਛੁੱਟੀ ਟਾਈਮ ਹੁੰਦਾ ਸੀ ਛੁੱਟੀ ਟਾਈਮ ਉਹਨਾਂ ਨੇ ਮੈਨੂੰ ਚੁੱਕ ਕੇ ਫਿਰ ਉੱਥੇ ਬਿਠਾ ਕੇ ਆਉਣਾ, ਵਾਸ਼ਰੂਮ ਲੈ ਕੇ ਜਾਣਾ, ਇੱਦਾਂ ਬੜਾ ਹੀ ਔਖਾ ਹੁੰਦਾ ਸੀਗਾ ਤੇ ਮਹਾਰਾਜ ਦਾ ਫਿਰ ਵੀ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮੇਰੇ 'ਤੇ ਇੰਨੀ ਮਿਹਰ ਕੀਤੀ। ਮੈਂ ਮਤਲਬ ਕਿ ਇੰਨਾ ਕੁ ਮੇਰਾ ਉਸ ਓਪਰੇਟ ਤੋਂ ਬਾਅਦ ਮੈਂ ਕਿੱਥੇ ਰਿੜ ਕੇ ਤੁਰਦੀ ਨਹੀਂ ਹਾਂ ਅਤੇ ਕਿੱਥੇ ਮੈਂ, ਚਲੋ ਇਹਨਾਂ ਦੇ ਸਹਾਰੇ ਸਹੀ ਪਰ ਮੈਂ ਇੱਕ ਤੁਰਨ 'ਤੇ ਲੱਗੀ ਹਾਂ ਨਾ, ਮੇਰੀ ਇੱਕ ਲਾਈਫ ਈਜ਼ੀ ਤਾਂ ਹੋ ਗਈ ਆ। ਅਤੇ ਇਹਦਾ ਮੇਰੇ ਹਸਬੈਂਡ ਦੀ ਵੀ ਸੇਮ ਹੀ ਸਟੋਰੀ ਸੀਗੀ, ਉਹ ਵੀ ਨਾ ਪਹਿਲਾਂ ਬਿਲਕੁਲ ਹੀ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਹੁੰਦਾ ਅਤੇ ਫਿਰ ਉਹਨਾਂ ਨੂੰ ਉਹ ਗੁਰਦੁਆਰਾ ਸਾਹਿਬ ਸੇਵਾ ਕਰਦੇ ਹੁੰਦੇ ਸੀ ਅਤੇ ਇੱਥੇ ਬਾਬਾ ਸੀ ਸਾਡੇ ਸਰਿਆਲੀ ਵਾਲਾ, ਸਰਿਆਲੀ ਕਲਾਂ ਵਾ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ ਬਾਬਾ ਜੀ ਸੀਗੀ, ਬਾਬਾ ਚਰਨ ਸਿੰਘ ਜੀ, ਬਾਬਾ ਤਾਰਾ ਸਿੰਘ ਜੀ ਅਤੇ ਬਾਬਾ ਜੀ ਉਹਨਾਂ ਨੇ ਕੁਛ ਦਵਾਈ ਬਣਾ ਕੇ ਦਿੱਤੀ ਉਹਨਾਂ ਨੂੰ ਅਤੇ ਉਹਨਾਂ ਨੇ ਜਦੋਂ ਉਹ ਖਾਧੀ ਨਾ ਅਤੇ ਫਿਰ ਉਹਦੇ ਨਾਲ ਉਹਨਾਂ ਨੂੰ ਆਰਾਮ ਆਇਆ ਅਤੇ ਉਹ ਥੋੜ੍ਹਾ ਬਹੁਤ ਮਤਲਬ ਕਿ ਉਹ ਵੀ ਪਹਿਲਾਂ ਬੈਠ ਕੇ ਤੁਰਦੇ ਹੁੰਦੇ ਸੀ ਅਤੇ ਫਿਰ ਉਹ ਚੱਲ ਕੇ ਤੁਰਨ ਲੱਗ ਗਏ ਵੀ ਇੰਨਾ ਉਹਨਾਂ ਮਹਾਂਪੁਰਸ਼ਾਂ ਦੇ ਵਿੱਚ ਸ਼ਕਤੀ ਸੀਗੀ ਅਤੇ ਇਹ ਸਾਡੀ ਲਾਈਫ ਸਟੋਰੀ ਆ। ਅਤੇ ਤੁਸੀਂ ਤਾਂ ਕਹਿੰਦੇ ਜੇ ਦੱਸੋ ਦੱਸੋ ਆਪਣੀ ਲਾਈਫ ਸਟੋਰੀ ਦੱਸੋ, ਬਹੁਤ ਜ਼ਿਆਦਾ ਟਫ ਰਹੀ ਆ ਸਾਡੀ, ਸਟਰਗਲ ਵਾਲੀ ਲਾਈਫ ਰਹੀ ਆ, ਬਹੁਤ ਜ਼ਿਆਦਾ ਸਟਰਗਲ ਵਾਲੀ ਲਾਈਫ ਰਹੀ ਆ। ਅਤੇ ਕਈ ਵਾਰ ਨਾ ਵੇਖ ਕੇ ਅਤੇ ਸੋਚ ਸੋਚ ਕੇ ਉਹ ਗੱਲ ਤਾਂ ਰੋਣ ਆਉਂਦਾ ਵਾ ਅਤੇ ਉਦੋਂ ਵੀ ਰੋਣ ਆਉਂਦਾ ਸੀਗਾ ਅਤੇ ਹੁਣ ਵੀ ਜਦੋਂ ਆਪਾਂ ਪਾਸ ਟਾਈਮ ਵੀ ਉਹ ਕਹਿੰਦੇ ਹੁੰਦੇ ਨਾ ਕਦੀ ਵੀ ਤੁਹਾਨੂੰ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ ਜਿੱਥੋਂ ਤੁਸੀਂ ਉੱਠੇ ਹੋ ਅਤੇ ਜਿੱਦੋਂ ਤੁਸੀਂ, ਹਾਂ ਬੇਸ਼ੱਕ ਹੁਣ ਮੈਂ ਕਹਿੰਦੀ ਹਾਂ ਮੇਰੀ ਮੈਰਿਜ ਹੋਈ ਆ, ਵਧੀਆ ਫੈਮਿਲੀ 'ਚ ਵਧੀਆ ਵਧੀਆ ਮੈਨੂੰ ਹਸਬੈਂਡ ਮਿਲਿਆ, ਮੇਰਾ ਬੇਟਾ ਵਾ ਇੱਕ ਵਧੀਆ, ਮੈਨੂੰ ਸਾਡੀ ਲਾਈਫ ਚੱਲ ਰਹੀ ਆ, ਪੈਸੇ ਦੀ ਕੋਈ ਗੱਲ ਨਹੀਂ ਆ, ਪੈਸਾ ਥੋੜ੍ਹਾ ਵੀ ਹੋਵੇ ਚੱਲ ਜੇ, ਗਰੀਬੀ ਹੋ ਕੇ ਚੱਲ ਜੇ, ਪਰ ਇਹ ਕਿ ਮਹਾਰਾਜ ਨੇ ਤੁਹਾਨੂੰ ਹੱਥ ਪੈਰ ਤੰਦਰੁਸਤ ਦਿੱਤੇ ਆ ਨਾ, ਅਤੇ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਿਆ ਕਰੋ ਕਿ ਤੁਹਾਨੂੰ ਹੱਥ ਪੈਰ ਨਾ ਵਾਹਿਗੁਰੂ ਜੀ ਨੇ ਸਲਾਮਾਂ ਦਿੱਤੇ ਆ, ਅਤੇ ਤੁਸੀਂ ਕੀ ਗੱਲ ਆਪਣੇ ਵੀ ਇੰਨਾ ਵੀ ਕਮਾ ਕੇ ਨਹੀਂ ਖਾ ਸਕਦੇ, ਮੇਰੇ ਹਸਬੈਂਡ ਇੰਨੀ ਮਿਹਨਤ ਕਰਦੇ ਆ ਨਾ, ਇੰਨੀ ਜ਼ਿਆਦਾ ਮਿਹਨਤ, ਬੇਸ਼ੱਕ ਉਹ ਹੈਂਡੀਕੈਪਡੇ ਆ ਪਰ ਉਹਨਾਂ ਦੀ ਮਿਹਨਤ ਬਹੁਤ ਜ਼ਿਆਦਾ ਆ ਅਤੇ ਬਹੁਤ ਜ਼ਿਆਦਾ ਮਤਲਬ ਕਿ ਸਾਨੂੰ ਸਪੋਰਟ ਵੀ ਕਰਦੇ, ਮਾਂ ਪਿਤਾ ਨੂੰ ਕਦੀ ਕਿਸੇ ਕੰਮ ਦੀ ਕਮੀ ਨਹੀਂ ਹੁੰਦੀ। ਅਤੇ ਉਹ ਜਦੋਂ ਕਿਤੇ ਉਹ ਵਲੌਗ ਬਣਾਉਣਗੇ ਫਿਰ ਮੈਂ ਤੁਹਾਨੂੰ ਉਹਨਾਂ ਨਾਲ ਵੀ ਦੱਸੂੰਗੀ ਕਿ ਉਹ ਵੀ ਕਿਤੇ ਮਤਲਬ ਕਿ ਮੈਂ ਵੀ ਜਿੰਨਾ ਵੀ ਹੋ ਸਕਦਾ ਨਾ ਮੈਂ ਉਹਨਾਂ ਦੀ ਸਪੋਰਟ ਕਰਦੀ ਹਾਂ, ਜਿੰਨਾ ਵੀ ਮੈਂ ਕਮਾ ਸਕਦੀ, ਬੇਸ਼ੱਕ ਮੇਰੀ ਜੋਬ ਨਹੀਂ ਕਰੀ ਪਰ ਮੈਂ ਜਿਹੜਾ ਕੰਮ ਕਰ ਸਕਦੀ ਘਰ ਬੈਠੇ ਵੀ ਕਰਕੇ ਤਾਂ ਉਹਨਾਂ ਦੀ ਸਪੋਰਟ ਕਰਦੀ ਹਾਂ। ਅਤੇ ਚਲੋ ਗਾਇਸ ਮੇਰੀ ਚਾਹ ਜਿਹੜੀ ਆ ਉਹ ਨਿਕਲ ਨਾ ਜਾਵੇ।
ਲੋਕ ਇਸ ਚਾਹ ਬਣਾਉਂਦੇ ਬਣਾਉਂਦੇ ਤੁਹਾਨੂੰ ਆਪਾਂ ਆਪਣੀ ਲਾਈਫ ਸਟੋਰੀ ਦੱਸਦੀ ਆ, ਅਤੇ ਬਾਕੀ ਇਹ ਕਿ ਤੁਸੀਂ ਹੈ ਨਾ ਜਿੱਥੋਂ ਤੱਕ ਵੀ ਹੋ ਸਕਦਾ ਤੁਸੀਂ ਆਪਣੇ ਹਸਬੈਂਡ ਦਾ, ਤੁਸੀਂ ਆਪਣੇ ਜਿਹੜੀਆਂ ਵੀ ਮੇਰੀਆਂ ਭੈਣਾਂ ਜਾਂ ਮੇਰੇ ਵੀਰ ਦਿਨ ਇੱਕ ਮਿੰਟ ਆਪਣਾ ਵਲੌਗ ਦੇਖਦੇ ਨੇ, ਅਤੇ ਜਿੰਨਾ ਵੀ ਤੁਸੀਂ ਹੋ ਸਕਦਾ ਹੁੰਦਾ ਨਾ, ਜਿੰਨਾ ਵੀ ਤੁਸੀਂ ਆਪਣੇ ਲਾਈਫ ਪਾਰਟਨਰ ਦਾ ਸਾਥ ਦਿਓਗੇ ਅਤੇ ਉਨਾ ਹੀ ਉਹ ਵੀ ਤੁਹਾਡੀ ਇੱਜ਼ਤ ਕਰਨਗੇ ਅਤੇ ਤੁਸੀਂ ਵੀ ਉਹਨਾਂ ਦੀ ਇੱਜ਼ਤ ਕਰੋਗੇ। ਪਰ ਇਹ ਕਿ ਇੱਜ਼ਤ ਦੀ ਗੱਲ ਵੱਖਰੀ ਆ, ਪਰ ਇਹ ਕਿ ਇੱਕ ਸਾਥ ਹੋ ਜਾਂਦਾ ਬੰਦੇ ਦਾ ਹੈ ਨਾ, ਕਿ ਉਹ ਫਿਰ ਵਿਚਾਰੇ ਨੂੰ ਇਕੱਲੇ ਨੂੰ ਨਹੀਂ ਚੁੱਕਣਾ ਪੈਂਦਾ। ਹੁਣ ਜੇ ਗਰੁੱਪ ਮਤਲਬ ਕਿੱਦਾਂ ਹੈਂਡੀਕੈਪ ਆ, ਉਹ ਵਿਚਾਰੇ ਔਖੇ ਹੋ ਕੇ ਕੰਮ ਕਰਦੇ ਆ ਨਾ ਦਿਨ ਰਾਤ ਜਾਗ ਕੇ, ਅਤੇ ਜੇ ਮੈਂ ਉਹਨਾਂ ਦਾ ਸਾਥ ਨਾ ਦੇਵਾਂ, ਇਹ ਗਲਤੀ ਤਾਂ ਮੇਰੀ ਹੈ ਨਾ। ਇਹ ਥੋੜ੍ਹੀ ਹੈ ਕਿ ਜੇ ਹੁਣ ਉਹ ਹੈਂਡੀਕੈਪ ਆ ਅਤੇ ਉਹ ਵਿਚਾਰੇ ਉਹ ਕਰ ਮਤਲਬ ਕਿ ਬਾਹਰ ਦਾ ਸਾਰਾ ਕੰਮ ਉਹੀ ਵੇਖਣ ਘਰੇ ਆ ਕੇ, ਜੇ ਚਲੋ ਉਹਨਾਂ ਨੇ ਜਿਹੜੀ ਹੈਲਪ ਮੇਰੀ ਕਰਨੀ ਹੁੰਦੀ ਕਰਨੀ ਹੁੰਦੀ ਆ। ਪਰ ਇੱਕ ਗੱਲ ਇਹ ਹੁੰਦੀ ਕਿ ਜੇ ਪਤਨੀ ਮੁੰਡੇ ਨਾਲ ਮੁੰਡਾ ਖੜ ਲਾ ਕੇ ਖੜੇ ਨਾ, ਅਤੇ ਘਰ ਦੇ ਕੀ ਕਹਿੰਦੇ ਹੁੰਦੇ ਆ, ਚਾਰ ਚੰਦ ਲੱਗ ਜਾਂਦੇ ਨੇ। ਕਮਾਈ ਕੋਈ ਮੈਟਰ ਨਹੀਂ ਕਰਦੀ, ਬੇਸ਼ੱਕ ਤੁਹਾਡੀ ਥੋੜ੍ਹੀ ਆ, ਪਰ ਇਹ ਹੈ ਕਿ ਸਾਥ ਬਹੁਤ ਜ਼ਰੂਰੀ ਆ, ਦੁੱਖ ਦੇ ਵਿੱਚ ਸੁੱਖ ਦੇ ਵਿੱਚ ਅਤੇ ਗਰੀਬੀ ਵਿੱਚ ਅਮੀਰੀ ਵਿੱਚ। ਚਲੋ ਨਾ ਪੱਚਾ ਬਣਾ ਲਈ ਪ੍ਰਭ ਉਹਨਾਂ, ਬਸ ਅੱਜ ਨਾ ਸਵੇਰੇ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਪੱਤੀ ਨਹੀਂ ਹੈਗੀ, ਅਤੇ ਪੱਤੀ ਮੇਰੇ ਲਿਆਉਂਦੀ ਸੀ ਉੱਦਾਂ ਹੀ, ਅਤੇ ਹੁਣ ਜਿੰਨੂੰ ਭੇਜ ਕੇ ਥਾ ਕੇ ਕਿ ਸੌਦਾ ਲੈ ਕੇ ਆਓ, ਸੌਦਾ ਨਹੀਂ ਬਿਲਕੁਲ ਵੀ ਹੈਗਾ। ਇਸ ਟਾਈਮ ਹੋ ਗਿਆ 7 ਵਜੇ ਦਾ, ਅਤੇ ਹੁਣ ਆਪਾਂ ਲੱਗੇ ਸੀਗੇ ਰੋਟੀ ਪਾਣੀ ਵੱਲ। ਹੁਣ ਅੱਜ ਥੋੜ੍ਹਾ ਜਿਹਾ ਸਾਗ ਪਿਆ ਸੀ ਅਤੇ ਉਹਨੂੰ ਤੜਕਾ ਲਾਵਾਂਗੇ ਡਿਨਰ ਦੇ ਵਿੱਚ। ਸਾਗ ਦੇ ਨਾਲ ਕੁੱਟਾਂਗੇ ਥੋੜ੍ਹੀ ਜਿਹੀ ਚਟਨੀ। ਚਟਨੀ ਵਾਸਤੇ ਮੈਂ ਪੂਤਨਾ ਤੋੜਨ ਆਈ ਹਾਂ, ਅਤੇ ਪੂਤਨਾ ਪਰ ਮੈਨੂੰ ਨਾ ਥੋੜ੍ਹੇ ਪੱਤੇ ਜਿਹੜੇ ਜ਼ਿਆਦਾ ਹੀ ਛੋਟੇ ਛੋਟੇ ਲੱਗਦੇ ਪਏ ਆ, ਅਤੇ ਇਸ ਕਰਕੇ ਉੱਧਰ ਮੰਮੀ ਕਿ ਉੱਧਰ ਲੱਗਾ ਸੀਗਾ, ਅਤੇ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਪੂਤਨਾ ਤੋੜੀ ਲਿਆ, ਅਤੇ ਮੰਮੀ ਹੁਣ ਪੂਤਨਾ ਲੈ ਕੇ ਆਉਣਗੇ। ਅਤੇ ਮੈਂ ਨਾ ਕੱਲ੍ਹ ਗੰਢਿਆਂ ਦੀਆਂ ਭੁੱਕਾਂ ਲੈ ਕੇ ਆਈ ਹਾਂ, ਛੋਟੀਆਂ ਛੋਟੀਆਂ ਜਿਹੀਆਂ ਬੜੀਆਂ ਵਧੀਆ, ਅਤੇ ਹਰੀਆਂ ਹਰੀਆਂ, ਅਤੇ ਹਰੀਆਂ ਹਰੀਆਂ ਗੰਢਿਆਂ ਦੀਆਂ ਭੁੱਕਾਂ ਪਾਵਾਂਗੇ ਵਿੱਚ, ਪੂਤਨਾ ਪਾਵਾਂਗੇ, ਅਤੇ ਚਟਨੀ ਕੁੱਟਾਂਗੇ ਵਧੀਆ ਜੀ, ਅਤੇ ਨਾਲ ਸਾਗ ਲਗਾਵਾਂਗੇ ਤੜਕਾ। ਅਤੇ ਜਗਰੂ ਕਹਿੰਦੇ ਸੀ ਮੈਂ ਅਦਰਕ ਨਾਲ ਸਾਗ ਖਾਣਾ, ਅਤੇ ਪ੍ਰਭ ਕਹਿੰਦਾ ਮੈਨੂੰ ਅਦਰਕ ਚੰਗਾ ਨਹੀਂ ਲੱਗਦਾ। ਹੁਣ ਮੰਨੇ ਤਾਂ ਬੰਦਾ ਅੱਕੇ ਦੀ ਮੰਨੇ, ਅਤੇ ਪ੍ਰਭ ਅਦਰਕ ਨਹੀਂ ਖਾਂਦਾ, ਅਤੇ ਅਸੀਂ ਦੋਵੇਂ ਅਦਰਕ ਖਾਂਦੇ ਹਾਂ, ਮੈਂ ਤਾਂ ਜਗਰੂ, ਸਾਨੂੰ ਤਾਂ ਅਦਰਕ ਤੋਂ ਬਿਨਾਂ ਸਬਜ਼ੀ ਵਧੀਆ ਨਹੀਂ ਲੱਗਦੀ। ਅਤੇ ਹੁਣ ਦੇਖਦੇ ਹਾਂ ਕਿਹਦੀ ਚੱਲਦੀ, ਪਿਓ ਦੀ ਚੱਲਦੀ ਕਿ ਪੁੱਤ ਚੱਲਦੀ ਚੱਲਦੀ ਆ, ਵੀ ਅਦਰਕ ਹੈ ਨਹੀਂ ਹੈ ਘਰੇ, ਹੁਣ ਆਉਣਗੇ ਅਤੇ ਲੈ ਕੇ ਆਉਣਗੇ, ਅਤੇ ਦੇਖਦੇ ਹਾਂ। ਅਤੇ ਆਪਾਂ ਸਾਗ ਨੂੰ ਤੜਕਾ ਲਾਉਂਗੇ, ਅਤੇ ਇਹੀ ਅੱਜ ਦਾ ਆਪਣਾ ਡਿਨਰ ਹੋਊਗਾ। ਅਤੇ ਬਸ ਹੁਣ ਮੈਂ ਥੋੜ੍ਹਾ ਟਾਈਮ ਹੋਈ ਹਾਂ ਫ੍ਰੀ ਹੋਏ ਨੂੰ, ਅਤੇ ਥੋੜ੍ਹਾ ਟਾਈਮ ਹੋਇਆ ਮੈਨੂੰ ਫ੍ਰੀ ਹੋਏ ਨੂੰ, ਅਤੇ ਅੱਜ ਬਾਹਰ ਬੈਠੀ ਅਤੇ ਮੈਂ ਦੇਖਦੀ ਪਈ ਹਾਂ ਵੀ ਯਾਰ ਅਜੇ ਗਰਮੀ ਤਾਂ ਇੰਨੀ ਆਈ ਨਹੀਂ ਹੈ, ਅਤੇ ਪਲਾਂਟਸ ਨੂੰ ਪਾਣੀ ਵੀ ਡੇਲੀ ਪੈਂਦਾ ਵਾ, ਪਰ ਫਿਰ ਵੀ ਨਾ ਦੇਖਣ ਦੀ ਆ ਕਿ ਇਹ ਪੂਤਨਾ ਵਾ, ਜਿਵੇਂ ਇਹਦੇ ਲੀਵਸ ਜਿਹੜੇ ਉਹ ਯੈਲੋ ਯੈਲੋ ਜਿਹੇ ਹੁੰਦੇ ਜਾਂਦੇ ਆ, ਉਹਦੇ ਵੀ ਯੈਲੋ ਯੈਲੋ ਜਿਹੇ ਹੋਏ ਆ, ਅਤੇ ਇੱਧਰ ਉਹ ਜਿਹੜਾ ਲੰਬੀ ਵਾਲਾ ਉਹ ਵਾਲਾ ਪਲਾਂਟ ਲੱਗਣ ਇੱਥੇ ਉਹਦੇ ਵੀ ਲੀਵਸ ਜਿਹੜੇ ਆ ਯੈਲੋ ਯੈਲੋ ਜਿਹੇ ਹੋ ਗਏ ਆ। ਹੁਣ ਦੇਖਦੇ ਇਹਨਾਂ ਲਈ ਕੀ ਕੀਤਾ ਜਾਵੇ, ਇਹਨਾਂ ਨੂੰ ਜਾਂ ਤਾਂ ਛਾਵੇਂ ਰੱਖਿਆ ਜਾਵੇ, ਵੀ ਸੁਜੈਸ਼ ਕਰਿਓ ਕੀ ਕੀਤਾ ਜਾਵੇ ਇਹਨਾਂ ਲਈ, ਕਿਉਂਕਿ ਇੱਦਾਂ ਤਾਂ ਫਿਰ ਖਰਾਬ ਨਾ ਹੋ ਜਾਣ, ਹੈ ਨਾ। ਅਤੇ ਬਸ ਇਹ ਸੀਗੀ ਅੱਜ ਦੀ ਵੀਡੀਓ, ਅਤੇ ਤੁਸੀਂ ਦੱਸੋ ਤੁਹਾਨੂੰ ਅੱਜ ਆਪਣੀ ਵੀਡੀਓ ਕਿੱਦਾਂ ਦੀ ਲੱਗੀ। ਅਗਰ ਵੀਡੀਓ ਥੋੜ੍ਹੀ ਵਧੀਆ ਲੱਗੀ ਹੋਈ ਪਲੀਜ਼ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਅਤੇ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਮੱਛਰ ਬਹੁਤ ਆ ਬਾਹਰ ਗਾਈ ਸੀ, ਇੱਥੇ ਤਾਂ ਬੈਠਾ ਨਹੀਂ ਚਾਹੁੰਦਾ ਮੈਂ, ਤਾਂ ਪੂਤਨਾ ਤੋੜਨਾ ਹੀ ਹੈ, ਅਤੇ ਮੈਂ ਚਲੋ ਐਂਡਿੰਗ ਕਰ ਲੈਂਦੀ ਹਾਂ ਆਪਾਂ ਵਲੌਗ ਦੀ। ਬਾਏ।